ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਵਲੌਗ 'ਚ ਅਤੇ ਮੈਂ ਤਿਆਰ ਸ਼ਿਆਰ ਹੋਈ ਹਾਂ ਤੁਸੀਂ ਸੋਚਦੇ ਹੋਵੋਗੇ ਮੈਂ ਕਿੱਥੇ ਜਾਣਾ ਹੈ ਮੈਂ ਜਾ ਰਹੀ ਹਾਂ ਅਸੀਂ ਜਾ ਰਹੇ ਹਾਂ ਮਤਲਬ ਫਤਿਹਗੜ੍ਹ ਸਾਹਿਬ ਸਾਰੇ ਜਾਣੇ ਅਤੇ ਮੈਂ ਜੋਤ ਨੂੰ ਬਹੁਤ ਮਿਸ ਕਰ ਰਹੀ ਹਾਂ ਕਿਉਂਕਿ ਜੋਤ ਨੂੰ ਵੀ ਕਿਹਾ ਸੀਗਾ ਕਿ ਨਾਲ ਚੱਲੋ ਬਟ ਜੋਤ ਤਾਂ ਨਹੀਂ ਜਾ ਰਹੇ ਹੈਗੇ ਕਿਉਂਕਿ ਉਹਨਾਂ ਨੇ ਵੀਡੀਓ ਐਡਿਟ ਕਰਨੀ ਹੈ ਕਿਉਂਕਿ ਕੱਲ੍ਹ ਮੰਡੇ ਆ ਅੱਜ ਸੰਡੇ ਆ ਅਤੇ ਇਸ ਕਰਕੇ ਕੱਲ੍ਹ ਵੀਡੀਓ ਆਉਣੀ ਆ ਸੋ ਉਹ ਸਾਰੇ ਜਾਣੇ ਜ਼ਰੂਰ ਦੇਖਿਓ ਇੱਕ ਨਵਾਂ ਕੋਨਸੈਪਟ ਹੈ ਕਰਵਾ ਚੌਥ 'ਤੇ ਅਤੇ ਇਸ ਕਰਕੇ ਉਹ ਵੀ ਦੇਖਿਓ ਸਾਰੇ ਜਾਣੇ ਔਰ ਮੈਂ ਤੁਹਾਨੂੰ ਸਾਰੇ ਇਹਦੀ ਲੁੱਕ ਦਿਖਾਉਣੀ ਹੈ ਬਾਹਰ ਜਾ ਕੇ ਤਿਆਰ ਹੋਇਆਂ ਦੀ ਅਤੇ ਆਪਾਂ ਥੋੜ੍ਹਾ ਜਿਹਾ ਲੇਟ ਹੋ ਗਏ ਹਾਂ ਅਤੇ ਹੁਣ ਆਪਾਂ ਚੱਲਿਆ ਮੈਂ ਸੋਚਿਆ ਇੱਕ ਵਾਰ ਵਲੌਗ ਸਟਾਰਟ ਕਰ ਲਾਂ ਅਤੇ ਬਾਕੀ ਮੈਂ ਬਾਹਰ ਜਾ ਕੇ ਸਭ ਦੀ ਲੁੱਕ ਦਿਖਾਊਂਗੀ ਤੁਹਾਨੂੰ ਓਕੇ ਮੰਮਾ ਨੇ ਲਾਈਟ ਬੰਦ ਕਰਤੀ ਮੈਂ ਵਲੌਗ ਬਣਾ ਰਹੀ ਸੀ ਮੰਮਾ ਨੂੰ ਪਤਾ ਨਹੀਂ ਲੱਗਿਆ ਚਲੋ ਕੋਈ ਨਾ ਕੋਈ ਨਾ ਹੁਣ ਚਲੋ ਮਿਲਦੇ ਹਾਂ ਹਾਏ ਮੰਮਾ ਹਾਏ ਬਿਊਟੀਫੁਲ ਲੇਡੀਜ਼ ਨੇੜੇ ਆਓ ਹੋਰ ਦੂਰ ਚਲ ਜਾਓ ਨੇੜੇ ਆਓ ਠੀਕ ਹੋ ਵਧੀਆ ਸਾਰੇ ਰੈਡੀ ਨੇ ਤੇ ਸੋਹਣੇ ਸੋਹਣੇ ਬਣਗੇ ਨੇ ਸੋਹਣੇ ਸੋਹਣੇ ਸੂਟਾਂ ਦੇ ਨਾਲ ਤੇ ਹੁਣ ਆਪਾਂ ਚੱਲੇ ਆ ਕਿੱਥੇ ਚੱਲੇ ਆ ਅੱਜ ਆਪਾਂ ਯਾਤਰਾ ਕਰਨ ਗੁਰਦੁਆਰੇ ਕਿਹੜੇ ਗੁਰਦੁਆਰੇ ਫਤਿਹਗੜ੍ਹ ਸਾਹਿਬ ਠੀਕ ਹੈ ਚਲੋ ਆ ਜਾਓ ਹੁਣ ਮੈਂ ਆ ਵਾਲਾ ਸੂਟ ਪਾਇਆ ਤੇ ਮੈਂ ਇੱਕ ਗੱਲ ਹੋਰ ਦੱਸਣੀ ਆ ਮੇਰਾ ਨਾ ਐਕਚੁਅਲੀ ਸੂਟ ਵਗੈਰਾ ਮੈਂ ਨਹੀਂ ਲੈ ਕੇ ਆਈ ਸੀ ਕਿਉਂਕਿ ਸਾਨੂੰ ਗੁਰਦੁਆਰੇ ਜਾਣ ਦਾ ਕੋਈ ਪਲਾਨ ਨਹੀਂ ਸੀਗਾ ਬਟ ਫਿਰ ਸਡਨਲੀ ਪਲਾਨ ਬਣ ਗਿਆ ਗੁਰਦੁਆਰੇ ਜਾਣ ਦਾ ਹੈ ਨਾ ਫਤਿਹਗੜ੍ਹ ਸਾਹਿਬ ਅਤੇ ਫਿਰ ਇਸ ਕਰਕੇ ਹੁਣ ਮੈਂ ਉੱਧਰ ਘਰ ਜਾ ਕੇ ਸਕੂਟੀ 'ਤੇ ਸਵੇਰੇ ਸੂਟ ਲੈ ਕੇ ਆਈ ਹਾਂ ਚਲੋ ਨੇੜੇ ਸਹੁਰੇ ਹੋਣ ਦਾ ਇਹ ਵੀ ਫਾਇਦਾ ਹੈ ਨਾ ਬਾਕੀ ਰਾਜਨ ਨਹੀਂ ਜਾ ਰਿਹਾ ਆਪਣੇ ਨਾਲ ਸੰਦੀਪ ਜਾ ਰਿਹਾ ਹਾਏ ਬ੍ਰਦਰ ਹੈਲੋ ਥੋੜ੍ਹਾ ਜਿਹਾ ਬਿਜ਼ੀ ਹੈ ਇਹ ਥੋੜ੍ਹਾ ਗੱਡੀ ਵਗੈਰਾ ਸਟਾਰਟ ਕਰਕੇ ਖੜ੍ਹਾ ਹੁਣ ਦੱਸੋ ਕੀ ਕਹਿ ਰਹੇ ਹੋ ਬਾਬਾ ਜੀ ਦੇ ਦਰਸ਼ਨ ਕਰਨ ਜਾ ਰਹੇ ਹਾਂ ਬੜੀ ਖੁਸ਼ੀ ਹੋ ਰਹੀ ਹੈ ਮਾਮਾ ਠੀਕ ਹੈ ਅਚਾਨਕ ਪਲਾਨ ਬਣ ਗਿਆ ਨਾ ਆਪਣਾ ਹਰ ਜਗ੍ਹਾ ਆਪਾਂ ਘੁੰਮੀ ਦਾ ਪਰ ਗੁਰੂ ਘਰ ਜਾਣਾ ਜ਼ਿਆਦਾ ਜ਼ਰੂਰੀ ਹੈ ਉੱਥੇ ਵੀ ਸਹੀ ਗੱਲ ਹੈ ਅਤੇ ਸਵੇਰੇ ਨਾ ਮੈਂ ਉੱਧਰ ਘਰ ਗਈ ਜਦੋਂ ਮੰਮਾ ਨੇ ਬਣਾਇਆ ਸੀਗਾ ਸਾਗ ਜਾਣਾ ਤਾਂ ਅਸੀਂ ਨਾਲੇ ਗੁਰਦੁਆਰੇ 10 ਵਜੇ ਸੀਗਾ 10 11 ਵਜੇ ਬਟ ਥੋੜ੍ਹਾ ਜਿਹਾ ਲੇਟ ਹੋ ਗਿਆ ਆਪਾਂ ਬਸ ਅਸੀਂ ਨਿਕਲਦੇ ਹੋਏ ਤੁਹਾਨੂੰ ਪਤਾ ਹੀ ਆ ਫਿਰ ਹੈ ਨਾ ਸੋਹਣੇ ਸੋਹਣੇ ਬਣਨ ਲਈ ਟਾਈਮ ਲੱਗ ਹੀ ਜਾਂਦਾ ਅਤੇ ਫਿਰ ਮੈਂ ਉੱਧਰ ਘਰ ਗਈ ਮੰਮਾ ਨੇ ਸਾਗ ਪਾ ਕੇ ਦੇਤਾ ਮੈਨੂੰ ਕਾਫੀ ਸਾਰਾ ਡੋਲੂ 'ਚ ਮੰਮਾ ਕਹਿੰਦੇ ਚੱਲ ਤੂੰ ਸਾਗ ਲੈ ਜਾ ਸ਼ਾਮ ਦਾ ਆਪਣਾ ਅਰੇਂਜਮੈਂਟ ਹੋ ਗਿਆ ਹੁਣ ਆਪਾਂ ਜੇ ਲੇਟ ਵੀ ਹੋ ਜਾਵਾਂਗੇ ਸ਼ਾਮ ਨੂੰ ਸਾਗ ਨੂੰ ਲਾਵਾਂਗੇ ਤੜਕਾ ਅਤੇ ਖਾਵਾਂਗੇ ਰੋਟੀ ਅਤੇ ਹੁਣ ਆਪਾਂ ਚੱਲਦੇ ਹਾਂ ਅਤੇ ਅੱਜ ਤੁਹਾਨੂੰ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਾਵਾਂਗੇ ਠੀਕ ਆ ਮੈਂ ਕਿਹੋ ਜਿਹੀ ਲੱਗਦੀ ਹੈ ਸੋਹਣੇ ਸੋਹਣੇ ਕਮੈਂਟ ਕਰ ਦਿਓ ਮੈਨੂੰ ਠੀਕ ਆ ਸੋਹਣੇ ਸੋਹਣੇ ਕਮੈਂਟ ਚਲੋ ਚੱਲੀਏ ਚੱਲੀਏ ਹਾਂਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਅਤੇ ਸਾਰੇ ਜਾਣੇ ਹਾਂਜੀ ਡੈਡੀ ਸਤਿ ਸ਼੍ਰੀ ਅਕਾਲ ਠੀਕ ਹੋ ਡੈਡੀ ਵਧੀਆ ਚੜ੍ਹਦੀ ਗਲਾ ਪਹੁੰਚ ਗਏ ਫਿਰ ਗੁਰਦੁਆਰੇ ਚੱਲੀਏ ਫਿਰ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਗਿਆ ਅਤੇ ਮੱਥਾ ਟੇਕ ਗਿਆ ਫਿਰ ਅੰਦਰ ਮਿਲਦੇ ਆ ਮਾਸੀ ਜੀ ਕਹਿੰਦੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਮੈਂ ਚੀਜੀ ਦਵਾ ਦਾ ਹੈ ਮੰਮਾ ਛੋਟੇ ਛੋਟੇ ਬੱਚਿਆਂ ਨੂੰ ਛੋਟੀ ਛੋਟੀ ਚੀਜੀ ਸੰਦੀਪ ਕੀ ਲਿਆਇਆ ਆ ਪੋਸਟਰ ਮਿਲ ਰਿਹਾ ਆਪਣੇ ਮਹਾਰਾਜ ਦਾ ਸਰੂਪ ਹੈ ਬਹੁਤ ਜ਼ਿਆਦਾ ਸੋਹਣਾ ਤੇ ਸਾਹਿਬਜ਼ਾਦੇ ਮਾਤਾ ਗੁਜਰੀ ਬਹੁਤ ਸੋਹਣਾ ਸਰੂਪ ਹੈ ਸਾਹਮਣੇ ਕੈਂਪ ਲੱਗਿਆ ਹੋਇਆ ਦਸਤਾਰ ਕੈਂਪ ਉੱਥੋਂ ਲੈ ਕੇ ਆਇਆ ਹੈ ਕੈਲੰਡਰ ਵੀ ਮਿਲਿਆ ਕੈਲੰਡਰ ਆ ਕੈਲੰਡਰ ਵੀ ਲੈ ਕੇ ਆਇਆ ਆਪਾਂ ਉਹ ਸਾਨੂੰ ਬਲੌਗ ਬਣ ਗਿਆ
हिस्टरी हैगी भी जिहड़ा ये दरवाजा ना उस टाइम का है कोतवाली के जिथे आप खड़े उस टाइम दरबार साहब इतने करके होंदा सीगा फिर उस तों बाद जदों ये दरबार साहब बनाया फिर इतने रख दिता गया एक आम दरवाजा सीगा छोटे साहिबजादे नूं रख्या सी कोतवाली दे विच इक रात उरे जिहड़ी इह जेल हैगी ऐ मतलब असली जेल आ इह ਬਿਲਕੁਲ ਐਜ਼ ਇਟ ਇਜ਼ ਆ ਓਰੀਜਨਲ ਉਸ ਟਾਈਮ ਦੀ ਇਹ ਬਾਬਾ ਜੀ ਕਹਿੰਦੇ ਕਿ ਬਿਲਕੁਲ ਉਵੇਂ ਹੀ ਆਏ ਬਾਕੀ ਦੀ ਹਿਸਟਰੀ ਆਪਾਂ ਇੱਥੋਂ ਕਿਸੇ ਨੂੰ ਪੁੱਛਾਂਗੇ ਉਸ ਟਾਈਮ ਦਾ ਹੀ ਖੂਹ ਹੈ ਆ ਦੇਖ ਸਕਦੇ ਹੋ ਤੁਸੀਂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਜਿੱਥੇ ਕਿ ਕੰਗੂ ਬ੍ਰਹਿਮਣ ਨੇ ਕੋਤਵਾਲੀ ਸਾਹਿਬ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਜੋ ਕਿ ਕੈਦ ਕਰਾਇਆ ਸੀ ਉਹ ਇਹ ਪਾਵਨ ਪਵਿੱਤਰ ਅਸਥਾਨ ਹੈ ਛੋਟੇ ਸਾਹਿਬਜ਼ਾਦਿਆਂ ਦਾ ਜਿੱਥੇ ਇੱਕ ਰਾਤ ਕੰਗੂ ਬ੍ਰਹਿਮਣ ਨੇ ਇਸ ਕੋਤਵਾਲੀ ਦੇ ਅੰਦਰ ਛੋਟੇ ਬੱਚਿਆਂ ਨੂੰ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਨੂੰ ਚੰਨ ਧੰਨ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਨੂੰ ਇਸ ਕੋਤਵਾਲੀ ਦੇ ਅੰਦਰ ਕੈਦ ਕਰਾਇਆ ਜੋ ਕਿ ਇੱਥੇ ਰਾਤ ਰੁਕੇ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਧਰਤੀ ਹੈ ਜੋ ਕਿ ਸ਼ਹੀਦਾਂ ਦੀ ਪਾਵਨ ਪਵਿੱਤਰ ਧਰਤੀ ਹੈ ਗੰਗੂ ਦਾ ਬ੍ਰਾਹਮਣ ਪਿੰਡ ਖੇੜੀ ਸੀ ਜੋ ਮਰਿੰਡੇ ਦੇ ਨਾਲ ਹੈ ਉੱਥੇ ਸਤਿਗੁਰਾਂ ਨੂੰ ਆਪਣੇ ਘਰਾਂ ਲਿਜਾ ਕੇ ਰਾਤ ਰੱਖਿਆ ਅਤੇ ਸਾਧ ਸੰਗਤ ਚੋਰੀ ਦਾ ਨਾਂ ਪਾਤਾ ਕਿ ਮੇਰਾ ਮੈਂ ਚੋਰੀ ਕਰ ਲਈ ਹੈ ਅਤੇ ਸਾਧ ਸੰਗਤ ਚੋਰ ਚੋਰ ਕਹਿ ਕੇ ਰੌਲਾ ਪਾ ਦਿੱਤਾ ਤਾਂ ਗੁੱਸੇ ਦੇ ਵਿੱਚ ਆਣ ਕੇ ਉਸ ਗੰਗੂ ਬ੍ਰਾਹਮਣ ਨੇ ਇਸ ਕੋਤਵਾਲੀ ਦੇ ਅੰਦਰ ਆਣ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਥਾਣੇ ਦੇ ਅੰਦਰ ਕੈਦ ਕਰਾ ਦਿੱਤਾ ਜੋ ਇਹ ਪਾਵਨ ਪਵਿੱਤਰ ਸਥਾਨ ਹੈ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਧੰਨ ਧੰਨ ਮਾਤਾ ਗੁਜਰ ਕੌਰ ਜਿਨ੍ਹਾਂ ਦਾ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਕੋਤਵਾਲੀ ਸਾਹਿਬ ਹੈ ਸੋ ਆਪ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਦਿਨ ਰਾਤ ਇੱਥੇ ਸੰਗਤਾਂ ਆਣ ਕੇ ਨਮਸਤਕ ਹੁੰਦੀਆਂ ਨੇ ਅਤੇ ਇੱਥੋਂ ਬੜੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਇਸ ਟਾਈਮ ਆਪਾਂ ਉਹ ਜਗ੍ਹਾ ਤੇ ਆਏ ਆ ਸਹੇੜੀ ਪਿੰਡ ਜਿੱਥੇ ਗੰਗੂ ਬਾਮਨ ਦਾ ਘਰ ਸੀ ਜਿੱਥੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦੇ ਰਾਤ ਰੁਕੇ ਸੀਗੇ ਤੇ ਮੈਂ ਤੁਹਾਨੂੰ ਉਹਦੇ ਦਰਸ਼ਨ ਵੀ ਕਰਵਾਉਂਗੀ ਆਪਾਂ ਸੋਚਿਆ ਕਿ ਹੁਣ ਆਪਾਂ ਆਏ ਹੋਏ ਆ ਕਾਹਨੂੰ ਆਪਾਂ ਚੱਲਦੇ ਆ ਡੈਡੀ ਹੁਣ ਦੱਸੋ ਸਾਹਿਬਜ਼ਾਦੇ ਉਰੇ ਰਾਤ ਰਹੇ ਮਾਤਾ ਨਾਲ ਦੂਜੇ ਦਿਨ ਸਵੇਰ ਨੂੰ ਉਹਨਾਂ ਨੂੰ ਲੈ ਕੇ ਉੱਥੇ ਗਏ ਆਪਣਾ ਕੋਤਵਾਲ ਸਾਹਿਬ ਜਿੱਥੇ ਆਪਾਂ ਜਾ ਕੇ ਆਏ ਉੱਥੇ ਜਾ ਕੇ ਉਹਨੇ ਸ਼ਿਕਾਇਤ ਕੀਤੀ ਸੀ ਉੱਥੇ ਸ਼ਿਕਾਇਤ ਕੀਤੀ ਸੀ ਵੀ ਸਾਹਿਬਜ਼ਾਦੇ ਮੇਰੇ ਕੋਲ ਨਹੀਂ ਸ਼ਿਕਾਇਤ ਮਤਲਬ ਮੁੜ ਕੇ ਫਿਰ ਉਹ ਫੜ ਕੇ ਉੱਥੇ ਪਹੁੰਚਾਏ ਗਏ ਉਹ ਹਾਂ ਏਦਾਂ ਮਤਲਬ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਤਸੰਗ ਜੀਓ ਆਪ ਜੀ ਨੂੰ ਇਸ ਅਸਥਾਨ ਬਾਰੇ ਦੱਸ ਮੈਨੂੰ ਬੇਨਤੀ ਹੈ ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਰਸਾ ਨਦੀ ਦੇ ਸਮੂਹ ਸਾਰੀਆਂ ਸੰਗਤਾਂ ਵਿਛੋੜਾ ਪਿਆ ਪਰਿਵਾਰ ਦਾ ਉੱਥੋਂ ਸਰਸਾ ਦੇ ਕੰਢੇ 'ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਇਸ ਪਿੰਡ ਗੰਗੂ ਇਹ ਜਿੱਥੇ ਆਪਾਂ ਸਥਾਨ ਦੇਖਣੇ ਗੰਗੂ ਦਾ ਘਰ ਸੀ ਇੱਥੇ ਦਾ ਗੰਗੂ ਉੱਥੇ ਕੰਮੋ ਵਾਸ਼ਕੀ ਝੁੰਗੀ ਪਰਿਵਾਰ ਵਿਛੋੜੇ ਦੇ ਨਾਲ ਉੱਥੇ ਝੁੰਗੀ ਦੇ ਵਿੱਚ ਕਹਿੰਦਾ ਚਲੋ ਮੇਰਾ ਪਿੰਡ ਇੱਥੇ ਨਜ਼ਦੀਕ ਹੈ ਅਤੇ ਮਾਤਾ ਜੀ ਨੂੰ ਅਤੇ ਛੋਟੇ ਸਾਹਿਬਜ਼ਾਦੇ ਨੂੰ ਆਪਣੇ ਨਾਲ ਇਸ ਪਿੰਡ ਤੋਂ ਜਦੋਂ ਉਦੋਂ ਖੇੜੀ ਨਾਂ ਸੀ ਅੱਜ ਕੱਲ੍ਹ ਖਾਲਸੇ ਦਾ ਨਾਂ ਸਿਹੜੀ ਹੈ ਸੋ ਇਹ ਸਥਾਨ ਦੀ ਸੇਵਾ ਚੱਲ ਰਹੀ ਹੈ ਦਾਸ ਵੱਲੋਂ ਅਤੇ ਸੰਗਤਾਂ ਦੇ ਉਪਰਾਲੇ ਨਾਲ ਸੇਵਾ ਚੱਲ ਰਹੀ ਹੈ ਜੀ ਦੇਸ਼ ਵਿਦੇਸ਼ ਰਹਿੰਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਥਾਨ ਦੀ ਸੇਵਾ 'ਚ ਪਾਈ ਹਿੱਸਾ ਪਾਓ ਕਿਰਪਾ ਕਰੋ ਸਾਰੀਆਂ ਸੰਗਤਾਂ ਅਤੇ ਇਸ ਸਥਾਨ 'ਤੇ
सभा हर साल बहुत तकड़ा सप्रेस सभा का जोड़ मेला होंदा है। जो पुरातन सभा लगती है वह भी 11-12-13 दसंबर होंदी है। सो इस स्थान की महत्ता है, माता गुजरी जी कौर ते छोटे साहबजादे इस स्थान पर रात रहे हैं। इतों मोरिंडा कतवाली साहब जाके जानी खां मानी खां नूं जाके इस गंगू ब्राह्मण ने जाके साहबजादे नूं उत्थे गिरफ्तार कराया। सो इस स्थान की सेवा चल रही है। सब संगत नूं बेनती है, वाहिगुरु जी का खालसा वाहिगुरु जी की फतेह। ਘਰ ਘਰ ਪਹੁੰਚੈ ਸਭਨੇ ਨਿਤ ਪਵਨ ਸਦਨਾ ਰਸਮਰੀਏ ਨਾਨਕ ਸੇ ਦੇਵਨ ਰਗਸਾ ਮਹਲਾ ਪਹਿਲਾ ਛੇਗਾ ਛੇ ਗੁਰ ਛੇ ਬਦੇਸ ਗੁਰਗੁਰੇ ਕੋ ਦੇਸ ਅਨੇਕ ਬਾਬਾ ਜਗਰ ਕਰਤੇ ਕੀ ਤੁਹਾਨੂੰ ਸੂਰਜ ਅਪਰਤ ਨੀਤ ਨਾਨਕਾ ਦੇ ਗੇ ਤੇ ਨਾਨਕ ਦਾਸ ਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। अपनी यात्रा अज बहुत वधिया हो गई है, बहुत ही ज्यादा वधिया। जिहड़ी जगह ते आपां नहीं भी गए सी ओह जगह ते भी अज आपां यात्रा कीती आ ते हुण आपां चाले पाले ने घर नूं। ठीक आ, ठीक है राजविंदर सिंह। हां जी हां जी। परमात्मा ने कृपा दे नाल सिर उत्ते हाथ रख के सानू बुलाया, एदां सब नू मौका दवे परमात्मा, परिवारां ते कृपा बनावे, मेहर भरिया हाथ रखे, तंदुरुस्ती रहण, वसदे रहन, खुश रहन, ऐदे सब नू बख्शे जिवे सानू सच्चे पातशाह ने अज अपने चरणां च लेके आया। ठीक है, चलो वाहेगुरु जी का खालसा वाहेगुरु जी की फतेह। अज दा व्लॉग आपां इत्थे तक ही रखदे आं। व्लॉग वधिया लग्गा लाइक कमेंट शेयर कर दिओ, साडे नाल नाल तुसीं भी सारयां ने गुरु घर दे दर्शन करे ते व्लॉग नू प्यार दिओ सारे जणे। आने वाले होर भी बाकी सारे व्लॉग्स नू भी। ठीक है जी, बाय बाय, गुड नाइट।